ਦੋਸਤੋ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਅਸਲਾਮ ਅਲੈਕੁਮ। ਮੈਂ ਤੁਹਾਡਾ ਆਪਣਾ ਸਰਦਾਰ ਅਲੀ। ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਅੱਲਾ ਪਾਕ ਦਾ, ਅੱਲਾ ਦੇ ਪਾਕ ਵਲੀਆਂ ਦਾ, ਮੁਰਸ਼ਦਾਂ ਦਾ, ਸਤਿਗੁਰਾਂ ਦਾ, ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ। ਔਰ ਮੈਂ ਦੱਸਣਾ ਚਾਹੁੰਦਾ, ਜਿੰਨੇ ਮੇਰੇ ਚਾਹੁਣ ਵਾਲੇ ਹੋ ਤੁਸੀਂ, ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ। ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ, ਪਰ ਰੱਬ ਨੇ ਬਚਤ ਕਰ ਦਿੱਤੀ। ਇਹ ਦਸੂਹਾ ਮੁਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ। ਸ਼ੋਅ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਊਟ ਆਫ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ। ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ, ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਸਟੇਅਰਿੰਗ ਵੀ ਆਪਣੇ ਅੰਡਰ ਲੈਣ ਦੀ ਕੋਸ਼ਿਸ਼ ਕੀਤੀ, ਬਟ ਉਨੀ ਦੇਰ ਚ ਸਾਰਾ ਕੁਝ ਵਾਪਰ ਗਿਆ। ਗੱਡੀ ਕਾਫੀ ਜ਼ਿਆਦਾ ਲੌਸ ਹੋ ਗਈ ਹੈ। ਚਲੋ ਕੋਈ ਏਡਾ ਵੱਡਾ ਲੌਸ ਨਹੀਂ ਹੈ, ਪਰ ਤੁਹਾਡੀਆਂ ਦੁਆਵਾਂ ਨੇ ਸਭ ਕੁਝ ਬਚਾ ਲਿਆ। ਡਰਾਈਵਰ ਮੇਰਾ ਕਜ਼ਨ ਬ੍ਰਦਰ ਹੀ ਹੈ ਆਦਮ, ਉਹ ਵੀ ਠੀਕ ਠਾਕ ਹੈ, ਥੋੜੀ ਸੱਟ ਲੱਗੀ ਹੈ, ਜ਼ੇਰੇ ਇਲਾਜ ਹੈ ਹਾਸਪਿਟਲ ਚ। ਬਾਕੀ ਸਾਰੇ ਤੰਦਰੁਸਤ ਨੇ, ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ। ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਮੈਂ ਸਭ ਦੀਆਂ ਕਾਲਸ ਨਹੀਂ ਲੈ ਪਾ ਰਿਹਾ। ਤੇ ਕੁਝ ਚੈਨਲਸ ਨੇ ਉਥੇ ਮੌਕੇ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਨਿਊਜ਼ ਜਿਹੜੀ ਹੈ ਵਾਇਰਲ ਕਰਤੀ, ਪਰ ਮੈਂ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ